ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਭਾਰਤੀ ਮੀਡੀਆ ਦੇ ਉੱਤੇ ਅਕਸਰ ਬੁੱਧੀਜੀਵੀ ਕਈ ਸਵਾਲ ਚੱਕਦੇ ਆਏ ਨੇ। ਕੁਝ ਲੋਕ ਅਜਿਹੇ ਹੈ ਨੇ ਜੋ ਬਹੁਤ ਚੰਗੀ ਪੱਤਰਕਾਰੀ ਕਰਦੇ ਨੇ, ਬਹੁਤ ਚੰਗੀਆਂ ਖਬਰਾਂ ਨਸ਼ਰ ਕਰਦੇ ਨੇ, ਪਰ ਜ਼ਿਆਦਾਤਰ ਮੀਡੀਆ ਅਦਾਰੇ ਵੱਡੇ ਤੋਂ ਵੱਡੇ ਅਜਿਹੇ ਨੇ ਜੋ ਹਮੇਸ਼ਾ ਸਿਆਸੀ ਧਿਰਾਂ ਦਾ ਹੱਥ ਠੋਕਾ ਬਣ ਕੇ ਚੱਲਦੇ ਨੇ, ਉਹੀ ਖਬਰਾਂ ਨਸ਼ਰ ਕਰਦੇ ਨੇ। ਜਿਹਨਾਂ ਖਬਰਾਂ ਦੀ ਪ੍ਰਵਾਨਗੀ ਸਰਕਾਰਾਂ ਤੋਂ ਮਿਲਦੀ ਹੈ ਤੇ ਉਹਨਾਂ ਖਬਰਾਂ ਨੂੰ ਉਸੇ ਰੰਗਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਸ ਰੰਗਤ ਦੇ ਵਿੱਚ ਪੇਸ਼ ਕਰਨ ਵਾਸਤੇ ਉਹਨਾਂ ਨੂੰ ਉੱਚ ਅਹੁਦੇਦਾਰਾਂ ਤੋਂ ਹਿਦਾਇਤਾਂ ਆਉਂਦੀਆਂ ਨੇ। ਫਿਰ ਗੱਲ ਚਾਹੇ 84 ਹਮਲਿਆਂ ਦੀ ਹੋਵੇ, ਗੋਦਰਾ ਕਾਂਡ ਦੀ ਹੋਵੇ ਜਾਂ ਫਿਰ ਪੁਲਵਾਮਾ ਹਮਲੇ ਦੀ, ਹਰ ਚੀਜ਼ ਨੂੰ ਆਪਣੇ ਹਿਸਾਬ ਦੇ ਨਾਲ ਇੱਕ ਰੰਗਤ ਦੇ ਕੇ ਮੀਡੀਆ ਦੇ ਵਿੱਚ ਇਸ ਤਰੀਕੇ ਨਾਲ ਨਸ਼ਰ ਕੀਤਾ ਜਾਂਦਾ ਹੈ ਕਿ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਹਾਲ ਹੀ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਪੁਲਵਾਮਾ ਅਟੈਕ ਤੋਂ ਬਾਅਦ ਜੰਮੂ ਬੱਸ ਸਟੈਂਡ ਦੇ ਵਿੱਚ ਵੀ ਗ੍ਰੇਨੇਡ ਦੇ ਨਾਲ ਇੱਕ ਹਮਲਾ ਕੀਤਾ ਗਿਆ ਤੇ ਉਸ ਹਮਲੇ ਤੋਂ ਬਾਅਦ ਯੂਪੀ ਦੇ ਵਿੱਚ ਸੜਕ ਉੱਤੇ ਬੈਠੇ ਹੋਏ ਕਸ਼ਮੀਰੀ ਜੋ ਆਪਣਾ ਕੰਮ ਕਰ ਰਹੇ ਸੀ ਉਹਨਾਂ ਉੱਤੇ ਵੀ ਹਮਲਾ ਕੀਤਾ ਗਿਆ ਤੇ ਹਿੰਦੂਵਾਦੀ ਸੰਗਠਨਾਂ ਵੱਲੋਂ ਲਾਠੀਆਂ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ, ਮਾਰਿਆ ਗਿਆ, ਸਿਰਫ ਇਸ ਕਰਕੇ ਕਿਉਂਕਿ ਉਹ ਕਸ਼ਮੀਰੀ ਮੁਸਲਮਾਨ ਸਨ। ਜੋ ਖਬਰਾਂ ਕੁਝ ਮੀਡੀਆ ਅਦਾਰਿਆਂ ਨੇ ਕਵਰ ਕੀਤੀਆਂ ਤੇ ਕਈਆਂ ਨੇ ਉਹ ਖਬਰਾਂ ਦਬਾ ਹੀ ਦਿੱਤੀਆਂ। ਇਹ ਖਬਰ ਕੋਈ ਬਹੁਤ ਪੁਰਾਣੀ ਨਹੀਂ, ਇਹ ਖਬਰ ਅੱਜ ਦੀ ਹੀ ਹੈ ਤੇ ਭਾਰਤੀ ਮੀਡੀਆ ਨੂੰ ਹੀ ਲੈ ਕੇ ਗੁਰਜੀਤ ਮੱਲੀ ਨੇ ਬਾਖੂਬ ਗਾਇਆ, ਮੂਰਖ ਸਾਡਾ ਮੀਡੀਆ ਬੇਈਮਾਨ ਸਰਕਾਰ ਦੁਸ਼ਮਣ ਦੀ ਕੀ ਲੋੜ ਹੈ ਇਹਨਾਂ ਹੀ ਦੇਣਾ ਮਾਰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਗੁਰਜੀਤ ਮੱਲੀ ਦੋ ਕੁ ਬੋਲ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ ਜੀ। ਜੇ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ। ਉਹ ਮੂਰਖ ਸਾਡਾ ਮੀਡੀਆ ਤੇ ਬੇਈਮਾਨ ਸਰਕਾਰ ਦੁਸ਼ਮਣ ਦੀ ਕੀ ਲੋੜ ਹੈ ਓਏ ਨਹੀਂ ਦੇਣਾ ਮਾਰ। ਉਹ ਅੰਨੇ ਬਣੇ ਨਿਸ਼ਾਨ ਜੀ ਤੇ ਬੋਲੇ ਲੱਗੇ ਜੱਜ, ਅੰਨੇ ਬਣੇ ਨਿਸ਼ਾਨ ਜੀ ਤੇ ਬੋਲੇ ਲੱਗੇ ਜੱਜ, ਜੇ ਤੂੰ ਬੰਦਿਆ ਬਚਣਾ ਓਏ ਨੰਗੇ ਪੈਰੀ ਭੱਜ, ਤੂੰ ਇੱਥੋਂ ਨੰਗੇ ਪੈਰੀ ਭੱਜ। ਹੋ ਐਂਕਰ ਕੁੱਤੇ ਭੌਂਕਦੇ ਤੇ ਲੱਗੇ ਖੌਰੂ ਪਾਣ, ਐਂਕਰ ਕੁੱਤੇ ਭੌਂਕਦੇ ਤੇ ਲੱਗੇ ਖੌਰੂ ਪਾਣ, ਇੱਲਾਂ ਉੱਡ ਉੱਡ ਆਉਂਦੀਆਂ ਓ ਸਾਡੇ ਬੱਚੇ ਖਾਣ। ਉਹ ਹੱਸਦੇ ਵੱਸਦੇ ਮੁਲਕ ਦੋ ਦੇਣੇ ਪੱਠੀ ਚੌਕ, ਹੱਸਦੇ ਵੱਸਦੇ ਮੁਲਕ ਦੋ ਤੁਸੀਂ ਦੇਣੇ ਪੱਠੀ ਚੌਕ, ਉਹ ਜੰਗ ਦੀਵਾਲੀ ਸਮਝਦੇ ਸਾਡੇ ਮੂਰਖ ਲੋਕ, ਆਪ ਤਮਾਸ਼ਾ ਵੇਖਣਾ ਤੇ ਜਨਤਾ ਦੇਣੀ ਪੀੜਾ,
ਪਿਆਰਿਓ, ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਤੇ ਜੇਕਰ ਇਹ ਚੌਥਾ ਥੰਮ ਆਪਣੀ ਗਰਿਮਾ ਗਵਾ ਦੇਵੇ, ਭਰੋਸਾ ਗਵਾ ਦੇਵੇ ਤਾਂ ਆਵਾਮ ਕਿਸ ਦੇ ਭਰੋਸੇ ਰਹੇਗੀ। ਇਸ ਕਰਕੇ ਮੀਡੀਆ ਅਦਾਰਾ ਕੋਈ ਵੀ ਹੋਵੇ, ਛੋਟਾ ਹੋਵੇ ਵੱਡਾ ਹੋਵੇ, ਉਹਨਾਂ ਨੂੰ ਇੱਕ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਿ ਚੰਨ ਪੈਸਿਆਂ ਦੀ ਖਾਤਰ, ਚੰਨ ਟੁਕੜਿਆਂ ਦੀ ਖਾਤਰ ਸਾਨੂੰ ਆਪਣਾ ਜ਼ਮੀਰ ਨਹੀਂ ਵੇਚਣਾ ਚਾਹੀਦਾ, ਕਿਉਂਕਿ ਅਸੀਂ ਜੋ ਵੀ ਖਬਰਾਂ ਨਸ਼ਰ ਕਰਦੇ ਹਾਂ, ਜੋ ਵੀ ਯੂਟਿਊਬ ਦੇ ਉੱਤੇ ਪਾਉਂਦੇ ਹਾਂ, ਉਹ ਤਾਂ ਉਮਰ ਇੱਕ ਤਾਂ ਰਹਿਣੀਆਂ ਨੇ ਤੇ ਦੂਜਾ ਅਗਰ ਅਸੀਂ ਕੋਈ ਵੀ ਗਲਤ ਖਬਰ ਨਸ਼ਰ ਕਰਦੇ ਹਾਂ, ਕਿਸੇ ਖਾਸ ਜਾਤੀ ਜਾਂ ਸਮੁਦਾਇ ਨੂੰ ਟਾਰਗੇਟ ਕਰਕੇ ਖਬਰਾਂ ਦਿਖਾਉਂਦੇ ਹਾਂ, ਤਾਂ ਉਸ ਜਾਤੀ ਜਾਂ ਸਮੁਦਾਇ ਦੇ ਉੱਤੇ ਹਮਲੇ ਵੱਧਦੇ ਨੇ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਬਿਨਾਂ ਮਤਲਬ ਤੋਂ ਦਹਿਸ਼ਤਗਰਦੀ ਮਾਹੌਲ ਪੈਦਾ ਹੁੰਦਾ ਹੈ ਤੇ ਅਜਿਹਾ ਮਾਹੌਲ ਪੈਦਾ ਹੁੰਦਾ ਨਹੀਂ ਹੈ, ਜ਼ਿਆਦਾਤਰ ਪੈਦਾ ਕੀਤਾ ਜਾਂਦਾ ਹੈ ਤਾਂ ਜੋ ਲੜਾਈਆਂ ਹੋਣ, ਝਗੜੇ ਹੋਣ, ਲਾਸ਼ਾਂ ਡਿੱਗਣ, ਬਲਾਸਟ ਹੋਣ ਤੇ ਉਸ ਤੋਂ ਬਾਅਦ ਸਿਆਸੀ ਤਰ੍ਹਾਂ ਉਸ ਤੇ ਰੋਟੀਆਂ ਸੇਕ ਸਕਣ। ਇਸ ਕਰਕੇ ਪੂਰੀ ਭਾਰਤ ਦੀ ਆਵਾਮ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨਾਂ ਸਿਆਸਤਦਾਨਾਂ ਦੀਆਂ ਅਜਿਹੀਆਂ ਘਟੀਆਂ ਤੇ ਕੋਝੀਆਂ ਚਾਲਾਂ ਤੋਂ ਆਪ ਵੀ ਸਾਵਧਾਨ ਰਹੋ ਤੇ ਜਿੱਥੇ ਵੀ ਤੁਹਾਨੂੰ ਸ਼ੰਕਾ ਹੁੰਦੀ ਹੈ ਕਿ ਕਿਤੇ ਕੁਛ ਘਟੀਆ ਤੇ ਮਾੜਾ ਹੋਣ ਵਾਲਾ ਹੈ ਜਾਂ ਸਰਕਾਰਾਂ ਕਰਨ ਵਾਲੀਆਂ ਨੇ, ਆਪ ਉਸ ਤੋਂ ਇੱਕ ਕਦਮ ਪਿੱਛੇ ਹੋ ਕੇ ਆਪਣੀ ਆਵਾਮ ਨੂੰ ਜਾਗਰੂਕ ਕਰੋ, ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਜਨਤਾ ਨੂੰ ਦੱਸੋ ਕਿ ਕੀ ਵਾਪਰਨ ਵਾਲਾ ਹੈ, ਕੀ ਹੋਣ ਵਾਲਾ ਹੈ, ਤਾਂ ਜੋ ਘਟੀਆ ਸੋਚ ਨੂੰ ਨੱਥ ਪਾਈ ਜਾ ਸਕੇ। ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।